ਸਸੇ ਕੱਲ੍ਹ ਦੋਸਤੋ ਦੋਸਤੋ ਤਰੀਕ 10 ਦਿਨ ਸੋਮਵਾਰ 31 ਪਾਸਪੋਰਟ ਹੋਰ ਆ ਗਿਆ ਸਟੈਂਪ ਹੋ ਕੇ ਜਿੰਨਾ ਵਿੱਚ 15 ਪਾਸਪੋਰਟ ਵਿਜ਼ਟਰ ਵੀਜ਼ਾ ਵਾਲਿਆਂ ਨਾਲ ਸੰਬੰਧਿਤ ਨੇ 9 ਪਾਸਪੋਰਟ ਸਟੱਡੀ ਵੀਜ਼ਾ ਦੇ ਨੇ ਐਂਡ 7 ਪਾਸਪੋਰਟ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਦੇ ਨੇ ਦੋਸਤੋ ਪਹਿਲਾਂ ਗੱਲ ਕਰਦੇ ਆ ਵਿਜ਼ਟਰ ਵੀਜ਼ਾ ਉਹ ਕੈਂਡੀਡੇਟਸ ਜਿਹੜੇ ਆਪਦੇ ਭੈਣ ਭਰਾਵਾਂ ਨੂੰ ਚਾਚੇ ਤਾਇਆ ਨੂੰ ਮਾਸੀ ਮਾਸੜ ਕੋਈ ਵੀ ਤੁਹਾਡਾ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਰਹਿੰਦਾ ਮਿਲਣ ਜਾਣਾ ਚਾਹੁੰਦੇ ਹੋ ਉਮਰ ਤੁਹਾਡੀ ਕੋਈ ਵੀ ਆ ਕਿੱਤਾ ਤੁਹਾਡਾ ਕੋਈ ਵੀ ਆ ਆ ਕੇ ਕਿਸੇ ਵੀ ਨਜ਼ਦੀਕੀ ਆਫਿਸ ਦੇ ਵਿੱਚ ਮੈਕਰੋ ਗਲੋਬਲ ਦੇ ਵਿੱਚ ਆ ਕੇ ਆਪਦਾ ਪ੍ਰੋਫਾਈਲ ਅਸੈਸ ਕਰਵਾ ਲਓ ਤੁਹਾਡੇ ਪ੍ਰੋਫਾਈਲ ਨੂੰ ਕਿਵੇਂ ਆਪਾਂ ਵੀਜ਼ਾ ਯੋਗ ਬਣਾਉਣਾ ਇਹ ਆਪਾਂ ਗੱਲਬਾਤ ਕਰ ਲਵਾਂਗੇ ਬੈਠ ਕੇ ਮੇਰੇ ਸਾਰੇ ਐਕਸਪਰਟ ਟੀਮ ਤੁਹਾਨੂੰ ਦੱਸ ਦੂਗੀ ਤੇ ਉਸ ਤੋਂ ਬਾਅਦ ਆਪਾਂ ਐਸ ਸੂਨ ਐਸ ਪੋਸੀਬਲ ਕੇਸ ਨੂੰ ਅਪਲਾਈ ਕਰਕੇ 10 ਸਾਲ ਜਿੰਨੇ ਚਿਰ ਦਾ ਪਾਸਪੋਰਟ ਵੈਲਿਡ ਆ ਤੁਹਾਡਾ ਓਨੇ ਟਾਈਮ ਲਈ ਤੁਹਾਡੇ ਕੋਲੇ ਰਾਹਦਾਰੀ ਤੁਹਾਡੀ ਖੁੱਲ ਜੂਗੀ ਕੈਨੇਡਾ ਦੇ ਵਿੱਚ ਤੇ ਕੈਨੇਡਾ ਦਾ ਰਾਹ ਖੁੱਲਣ ਨਾਲ ਹੋਰ ਕਈ ਕੰਟਰੀਜ਼ ਦਾ ਰਾਹ ਵੀ ਈਜ਼ੀ ਹੋ ਜਾਂਦਾ ਖੁੱਲਣਾ ਸੋ ਦੋਸਤੋ ਵਿਜ਼ਟਰ ਵੀਜ਼ਾ ਇੱਕ ਵੱਡੀ ਆਪਾਂ ਕਹਿ ਦਈਏ ਇੱਕ ਵੱਡਾ ਪ੍ਰਿਵਿਲੇਜ ਆ ਪੰਜਾਬੀਆਂ ਲਈ ਐਂਡ ਬੜੇ ਵੱਡੇ ਤعداد ਦੇ ਉੱਤੇ ਇਸ ਵਕਤ ਮੈਟਰੋ گلوبਲ ਵਿਜ਼ਟਰ ਵੀਜ਼ਾ ਦੇ ਪਾਸਪੋਰਟ ਡਿਲੀਵਰ ਕਰ ਰਿਹਾ ਜਿਵੇਂ ਮੈਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਤਕਰੀਬਨ ਹਜੇ ਅੱਧਾ ਸਾਲ ਵੀ ਪੂਰਾ ਨਹੀਂ ਹੋਇਆ 55 5600 ਦੇ ਕਰੀਬ ਅਸੀਂ ਵਿਜ਼ਟਰ ਵੀਜ਼ਾਸ ਡਿਲੀਵਰ ਕਰ ਚੁੱਕੀਆਂ ਹੁਣ ਗੱਲ ਕਰਦੇ ਆ ਸਟੱਡੀ ਵੀਜ਼ਾ ਵਾਲੇ ਕੈਂਡੀਡੇਟਸ ਦੀ ਦੋਸਤੋ ਸਟੱਡੀ ਵੀਜ਼ਾ ਵਾਲੇ ਕੈਂਡੀਡੇਟਸ ਦਾ ਇਸ ਵਕਤ ਸਭ ਤੋਂ ਵੱਡਾ ਸਵਾਲ ਕੀ ਆ ਸੈਟਲਮੈਂਟ ਬੜਾ ਜ਼ਰੂਰੀ ਸੀ ਇਹ ਸਵਾਲ ਤੇ ਆਉਣਾ ਮੇਰੀਆਂ ਪੁਰਾਣੀਆਂ ਵੀਡੀਓਜ਼ ਖੋਲ ਕੇ ਦੇਖੋ ਮੈਂ ਹਮੇਸ਼ਾ ਕਹਿੰਦਾ ਸੀ ਦੋਸਤੋ ਫ੍ਰੀ 에ਅਰ ਟਿਕਟ ਫ੍ਰੀ ਆਫਰ ਲੈਟਰ ਪੈਕੇਜ ਫੀ ਆਫਟਰ ਵੀਜ਼ਾ ਇਹਨਾਂ ਗੱਲਾਂ ਦਾ ਖਹਿੜਾ ਛੱਡ ਕੇ ਨਾ ਆਪ ਦਾ ਜਿਹੜਾ ਕੰਮ ਕਰਨ ਵਾਲਾ ਸੋਚਣ ਵਾਲੀ ਗੱਲ ਆ ਉਹ ਇਹ ਗੱਲ ਕਰੋ ਜਾ ਕੇ ਆਪਦੇ ਐਜੂਕੇਸ਼ਨ ਕੰਸਲਟੈਂਟ ਨਾਲ ਕਿ ਪੜ੍ਹਾਈ ਕਿਹੜੀ ਦਏਗਾ ਕਿੱਥੇ ਦਏਗਾ ਉਸ ਪੜ੍ਹਾਈ ਦਾ ਕੈਨੇਡਾ ਜਾ ਕੇ ਫਾਇਦਾ ਕੀ ਹੋਊਗਾ ਪਰਮਨੈਂਟ ਰੈਜ਼ਿਡੈਂਸੀ ਕਿਵੇਂ ਮਿਲੂਗੀ ਕਿਸ ਤਰੀਕੇ ਦੇ ਨਾਲ ਮੈਂ ਪੀਆਰ ਤੱਕ ਆਪਦਾ ਇੱਕ ਸੈਟਲਮੈਂਟ ਪਲਾਨ ਰੈਡੀ ਕਰ ਸਕਦਾ ਹੁਣੇ ਤੋਂ ਜਦੋਂ ਅਸੀਂ ਇਹਨਾਂ ਚੀਜ਼ਾਂ ਦਾ ਸੁਭਾਲ ਉਠਾਉਣ ਲੱਗ ਜਾਂਗੇ ਨਾ ਐਜੂਕੇਸ਼ਨ ਕੰਸਲਟੈਂਟਸ ਕੋਲੋਂ ਜਾ ਕੇ ਤਾਂ ਉਹ ਤੁਹਾਡੇ ਤੁਹਾਨੂੰ ਠੱਗੇ ਜਾਣ ਦੀ ਵੀ ਜਿਹੜੇ ਚਾਂਸਸ ਆ ਉਹ ਵੀ ਘਟ ਜਾਣਗੇ ਕਿਉਂ ਕਿ ਬੱਚੇ ਦੀ ਅਵੇਅਰਨੈਸ ਦਾ ਪਤਾ ਲੱਗ ਜਾਂਦਾ ਜਦੋਂ ਉਹ ਇਹੋ ਜਿਹੇ ਸਵਾਲ ਪੁੱਛਦਾ ਤੇ ਤੁਹਾਨੂੰ ਵੀ ਇਹ ਪਤਾ ਲੱਗ ਜੂਗਾ ਵੀ ਚਾਰਕਾਣੇ ਹੈਗੇ ਆ ਤੇ ਪੱਲੇ ਜਿਹੜੇ ਏਜੰਟ ਨੂੰ ਮੈਂ ਆਪਦਾ ਫਿਊਚਰ ਆਪਦਾ ਪੈਸਾ ਆਪਦਾ ਸਭ ਕੁਝ ਉਹਦੇ ਹੱਥ ਦੇ ਵਿੱਚ ਦੇਣ ਲੱਗਿਆਂ ਸੋ ਦੋਸਤੋ ਸਟੱਡੀ ਵੀਜ਼ਾ ਵਾਲੇ ਕੈਂਡੀਡੇਟਸ ਇਸ ਚੀਜ਼ ਦਾ ਖਾਸ ਧਿਆਨ ਦੇਣ ਕਿ ਆਉਣ ਵਾਲਾ ਜਿਹੜਾ ਸਮਾਂ ਵਾ ਮੈਨੂੰ ਇਹ ਗੱਲ 100% ਸ਼ੋਰ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਚੇਂजेस ਪੀਜੀਡਬਲਪੀ ਦੀ ਡਿਊਰੇਸ਼ਨ ਦੇ ਨਾਲ ਲੈ ਕੇ ਆਉਗੀ ਹੁਣ ਕੀ ਆ 2 ਸਾਲ ਪੜੋ 3 ਸਾਲ ਦਾ ਵਰਕ ਪਰਮਿਟ ਲੈ ਲਓ 3 ਸਾਲ ਪੜੋ 3 ਸਾਲ ਦਾ ਵਰਕ ਪਰਮਿਟ ਲੈ ਲਓ 1 ਸਾਲ ਪੜੋ 1 ਸਾਲ ਦਾ ਵਰਕ ਪਰਮਿਟ ਲੈ ਲਓ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੋਰਸਸ ਜਿਹੜੇ ਪਰਮਨੈਂਟ ਰੈਜ਼ਿਡੈਂਸੀ ਫ੍ਰੈਂਡਲੀ ਕੋਰਸਸ ਨੇ ਜਿਹੜੇ ਕਿਤੇ ਪਰਮਨੈਂਟ ਰੈਜ਼ਿਡੈਂਸੀ ਫ੍ਰੈਂਡਲੀ ਨੇ ਜਿਹੜੇ ਕਿੱਤਿਆਂ ਦੀ ਇਨ ਡਿਮਾਂਡ ਕਿਤੇ ਨੇ ਜੇ ਮੈਂ ਮੁੰਡਿਆਂ ਦੀ ਗੱਲ ਕਰਾਂ ਤਾਂ ਕੋਈ ਵੀ ਟੈਕਨੀਕਲ ਕੋਰਸ ਹੋ ਗਿਆ ਕੁੜੀਆਂ ਦੀ ਗੱਲ ਕਰਾਂ ਤਾਂ PSW ਹੈਲਥ케ਅਰ ਨਾਲ ਰਿਲੇਟਡ ਕੋਈ ਵੀ ਕੋਰਸ ਹੋ ਗਿਆ ਉਹਨਾਂ ਦੀ ਡਿਊਰੇਸ਼ਨ ਉਹਨਾਂ ਕੋਰਸਸ ਦੀ PGW ਦੀ ਡਿਊਰੇਸ਼ਨ ਵਧਾਈ ਜਾ ਸਕਦੀ ਆ ਦੂਸਰੇ ਕੋਰਸਸ ਜਿਨ੍ਹਾਂ ਦਾ ਕੋਈ ਲਾਈਕ ਜਿਹੜੇ ਕੈਨੇਡਾ ਦੀ ਤਰੱਕੀ ਦੇ ਵਿੱਚ ਕੋਈ ਰੋਲ ਹੀ ਨਹੀਂ ਅਦਾ ਕਰਦੇ ਜਿਵੇਂ ਸਭ ਤੋਂ ਵੱਧ ਵਿਕਣ ਵਾਲਾ ਕੋਰਸ ਬਿਜ਼ਨਸ ਹਰ ਐਜੂਕੇਸ਼ਨ ਕੰਸਲਟੈਂਟ ਨੇ ਆਪਣੀ ਟੀਮ ਨੂੰ ਸਿਰਫ ਇੱਕ ਕੋਰਸ ਦੇਤਾ ਬਿਜ਼ਨਸ ਜਿਹਦੇ ਕੋਲੇ ਮੈਥ ਨੂੰ ਬਿਜ਼ਨਸ ਚ ਪਾ ਦਿਓ ਨਾਨ ਮੈਡੀਕਲ ਵਾਲਾ ਬਿਜ਼ਨਸ ਪਾ ਦਿਓ ਮੈਥ ਇਕਨੋਮਿਕਸ ਵਾਲਾ ਬਿਜ਼ਨਸ ਚ ਪਾ ਦਿਓ ਮੈਥ ਕਮਰਸ ਵਾਲਾ ਬਿਜ਼ਨਸ ਚ ਪਾ ਦਿਓ ਉਹਦੇ ਨਾਲ ਹੁਣ ਸਾਨੂੰ ਵੀ ਪੜਨ ਦੀ ਲੋੜ ਪਊਗੀ ਹੁਣ ਸਾਡੇ ਕਿਤੇ ਇਕੱਲੇ ਮੇਜ਼ ਕੁਰਸੀਆਂ ਤੱਕ ਸੀਮਤ ਨਹੀਂ ਰਹਿ ਜਾਣਗੇ ਹੁਣ ਸਾਨੂੰ ਵੀ ਮਿਹਨਤ ਕਰਨੀ ਪਊਗੀ ਕਿਉਂ ਗੱਲ ਉੱਥੇ ਆ ਗਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਹੁੰਦਾ ਸੀ ਕਿ ਕੈਰੀਅਰ ਕਾਉਂਸਲਿੰਗ ਲੈਣ ਜਾਣੀ ਆਪਾਂ ਕਿਸੇ ਦੇ ਦਫ਼ਤਰ ਦੇ ਵਿੱਚ ਆਪਾਂ ਪੈਕੇਜ ਖਰੀਦਣ ਨਹੀਂ ਜਾਣੇ ਆਪਾਂ ਲੈਪਟਾਪ ਲੈਣ ਨਹੀਂ ਜਾਣੇ 에어 ਟ੍ਰਿਕਟਾਂ ਦੇ ਉੱਤੇ ਪੈਸਿਆਂ ਦੀ ਛੋਟ ਨਹੀਂ ਲੈਣ ਜਾਣੀ ਜਾਂ ਹੋਰ ਇਹੋ ਜਿਹੀਆਂ ਜਿਹੜੀਆਂ ਕੇ ਉਹ ਪ੍ਰਭਾਵਤ ਕਰਨ ਵਾਲੀਆਂ ਧਿਆਨ ਖਿੱਚਣ ਵਾਲੀਆਂ ਐਡਵਰਟਾਈਜ਼ਮੈਂਟ ਐਨਾਂ ਵੱਲੋਂ ਪਾ ਧਿਆਨ ਹਟਾ ਕੇ ਸਾਰੇ ਦਾ ਸਾਰਾ ਫੋਕਸ ਪੜਾਈ ਤੇ ਲੈ ਕੇ ਆਉਣਾ ਅਗਲੇ ਉਹ ਕੈਂਡੀਡੇਟਸ ਦੋਸਤੋ ਜਿਹੜੇ ਵਰਕ ਪਰਮਿਟ ਦੇ ਉੱਤੇ ਓਪਨ ਵਰਕ ਪਰਮਿਟ ਦੇ ਉੱਤੇ ਆਪਦੇ ਸਪਾਊਸ ਨੂੰ ਜੁਆਇਨ ਕਰਨਗੇ ਕੈਨੇਡਾ ਦੇ ਵਿੱਚ ਇਹ ਉਹ ਕੈਂਡੀਡੇਟਸ ਨੇ ਜਿਨ੍ਹਾਂ ਦੇ ਕੇਸ ਜਨਵਰੀ ਦਸੰਬਰ ਫੈਬ ਦੇ ਕੁਝ ਇੱਕ ਦੋ ਪਾਸਪੋਰਟ ਨੇ ਪਰ ਜ਼ਿਆਦਾ ਨਵੰਬਰ ਦਸੰਬਰ ਤੇ ਜਨੂਅਰੀ ਨਾਲ ਸੰਬੰਧਿਤ ਨੇ ਇਹ ਪਾਸਪੋਰਟ ਅਕਸਰ ਹੀ ਮੇਰੇ ਤੋਂ ਇਹ ਕੈਂਡੀਡੇਟ ਸਵਾਲ ਪੁੱਛਦੇ ਨੇ ਕਿ ਜੀ ਕੀ ਰੁਝਾਨ ਚੱਲ ਰਿਹਾ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਉਹ ਕੈਂਡੀਡੇਟਸ ਜਿਨ੍ਹਾਂ ਦੇ ਕੇਸ ਚੇਂਜੇਸ ਤੋਂ ਪਹਿਲਾਂ ਦੇ ਲੱਗੇ ਹੋਏ ਨੇ ਉਹਨਾਂ ਨੂੰ ਲੱਗ ਰਿਹਾ 4 ਤੋਂ 6 ਮਹੀਨੇ ਜਿਨ੍ਹਾਂ ਦੇ ਕੇਸ ਚੇਂजेस ਤੋਂ ਬਾਅਦ ਲੱਗ ਰਹੇ ਨੇ ਉਹਨਾਂ ਨੂੰ ਕੇਸ ਨੂੰ ਲੱਗ ਰਿਹਾ ਢਾਈ ਤੋਂ ਤਿੰਨ ਮਹੀਨੇ ਤੇ ਜਿਹੜੇ ਕੈਂਡੀਡੇਟਸ ਆਫ ਦਾ ਕੇਸ ਵਿਦ ਆਫ ਦਿਸ ਸਪਾਊਸ ਮਤਲਬ ਸਟੱਡੀ ਪਲੱਸ ਓਪਨ ਵਰਕ ਪਰ ਮੈਂ ਇਕੱਠੇ ਹੀ ਅਪਲਾਈ ਕਰ ਰਹੇ ਨੇ ਉਹਨਾਂ ਦੇ ਕੇਸ ਨੂੰ ਲੱਗ ਰਿਹਾ ਮਹੀਨਾ ਡੇਢ ਮਹੀਨਾ ਦੋ ਮਹੀਨੇ ਸੋ ਦੋਸਤੋ ਜੇ ਤੁਸੀਂ ਵੀ ਕਿਸੇ ਕੇਸ ਨਾਲ ਸੰਬੰਧਿਤ ਕੋਈ ਜਾਣਕਾਰੀ ਲੈਣੀ ਹੈ ਨਜ਼ਦੀਕੀ ਬ੍ਰਾਂਚ ਵਿਜ਼ਿਟ ਕਰੋ ਤੇ ਆਫ ਦੇ ਸਾਰੇ ਪ੍ਰੋਫਾਈਲ ਨੂੰ 1 ਟੂ 1 ਮੇਰੀ ਟੀਮ ਨਾਲ ਡਿਸਕਸ ਕਰ ਲਓ ਧੰਨਵਾਦ ਜੀ